ਕੇਜਰੀਵਾਲ ਸ਼ਰਾਬ ਘੁਟਾਲੇ ਚੋਂ 170 ਦਿਨ ਬਾਅਦ ਜੇਲ੍ਹ ਵਿੱਚੋਂ ਤਾਂ ਬਾਹਰ ਆ ਗਏ ਨੇ, ਪਰ ਸੁਪਰੀਮ ਕੋਰਟ ਨੇ ਉਹਨਾਂ ਦੀਆਂ ਪਾਵਰਾਂ ਖੋਲ੍ਹ ਲਈਆਂ ਨੇ ਅਤੇ ਉਹ ਹੁਣ ਮੁੱਖ ਮੰਤਰੀ ਲੈਵਲ ਦੇ ਅਹੁਦੇ ਦੇ ਉੱਤੇ ਬੈਠ ਕੇ ਕੋਈ ਫੈਸਲਾ ਜਾਂ ਸਿਗਨੇਚਰ ਕਰਕੇ ਕੋਈ ਕਾਰਜਕਾਲ ਨਹੀਂ ਚਲਾ ਸਕਦੇ, ਕਿਉਂਕਿ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਇਹ ਭਰੋਸਾ ਨਹੀਂ ਹੈ ਕਿਉਂਕਿ ਇਹਨਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਉਸ ਵਿੱਚ ਉਹ ਮੁੱਖ ਮੰਤਰੀ ਲੈਵਲ ਦੇ ਉੱਤੇ ਨਹੀਂ ਬੈਠ ਸਕਦੇ, ਉਹ ਨਹੀਂ ਕੋਈ ਕਾਰਜ ਚਲਾ ਸਕਦੇ। ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਕੁਰਸੀ ਦੇ ਉੱਤੇ ਕੌਣ ਬੈਠੇਗਾ ਅਤੇ ਕੌਣ ਇਸ ਨੂੰ ਚਲਾਵੇਗਾ। ਇਹ ਗੱਲਾਂ ਅਰਸ਼ਦੀਪ ਸਿੰਘ ਕਲੇਰ ਨੇ ਕਹੀਆਂ ਨੇ ਅਤੇ ਉਹਨਾਂ ਨੇ ਹੋਰ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਅੱਜ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਬੇਲ ਦੇ ਉੱਤੇ ਛੱਡ ਦਿੱਤਾ। ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ, ਸੁਭਾਵਿਕ ਹੈ ਕਿ ਨੈਸ਼ਨਲ ਕਨਵੀਨਰ ਸ਼ਰਾਬ ਘੁਟਾਲੇ ਕਰਕੇ 177 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਅੱਜ ਬੇਲ ਦੇ ਉੱਤੇ ਬਾਹਰ ਆ ਰਹੇ। ਪਰ ਜਿਹੜੀ ਜਜਮੈਂਟ ਆਈ ਹੈ ਸੁਪਰੀਮ ਕੋਰਟ ਆਫ ਇੰਡੀਆ ਦੀ ਕੇਜਰੀਵਾਲ ਸਾਹਿਬ ਦੇ ਕੇਸ ਦੇ ਵਿੱਚ, ਉਹ 'ਚ ਜਿਹੜੀਆਂ ਸ਼ਰਤਾਂ ਲਾਈਆਂ ਗਈਆਂ ਨੇ ਉਹ ਪੜ੍ਹਨ ਵਾਲੀਆਂ ਨੇ। ਮੇਰੇ ਕੋਲ ਆ ਜਜਮੈਂਟ ਹੈ ਜਿਹੜੀ ਈਡੀ ਦੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਲ ਮਿਲੀ ਹੈ ਤੇ ਜਿਹੜੀ ਅੱਜ ਸੁਪਰੀਮ ਕੋਰਟ ਆਫ ਇੰਡੀਆ ਨੇ ਸੀਬੀਆਈ ਦੇ ਕੇਸ ਦੇ ਵਿੱਚ ਦਿੱਤੀ। ਔਰ ਜੋ ਇਹਦੀਆਂ ਸ਼ਰਤਾਂ ਨੇ, ਪੈਰਾਗ੍ਰਾਫ 47 ਹੈ, ਉਹਦੇ 'ਚ ਬੜਾ ਕਲੀਅਰਲੀ ਲਿਖਿਆ ਕਿ ਨਾ ਤਾਂ ਬਤੌਰ ਮੁੱਖ ਮੰਤਰੀ ਉਹ ਦਫ਼ਤਰ ਜਾ ਸਕਦੇ ਨੇ, ਸਕੱਤਰੇਤ ਨਹੀਂ ਜਾ ਸਕਦੇ, ਆਪਣੇ ਦਫ਼ਤਰ ਨਹੀਂ ਜਾ ਸਕਦੇ, ਨਾ ਹੀ ਅਰਵਿੰਦ ਕੇਜਰੀਵਾਲ ਕਿਸੇ ਫਾਈਲ ਦੇ ਉੱਤੇ ਦਸਖਤ ਕਰ ਸਕਦੇ। ਹੋਰ ਵੀ ਬਹੁਤ ਕੰਡੀਸ਼ਨਸ ਹੈ ਕਿ ਵਿਟਨੈਸ ਨੂੰ ਨਹੀਂ ਮਿਲ ਸਕਦੇ, ਆਪਣੇ ਕੇਸ ਦੇ ਰਿਗਾਰਡਿੰਗ ਕੋਈ ਸਟੇਟਮੈਂਟ ਨਹੀਂ ਦੇ ਸਕਦੇ। ਪਰ ਅੱਜ ਸਵਾਲ ਤਾਂ ਵੱਡਾ ਆਮ ਆਦਮੀ ਪਾਰਟੀ ਤੇ ਖੜਾ ਹੁੰਦਾ ਹੈ ਕਿ ਚਲੋ ਜਦੋਂ ਫੜੇ ਸੀ ਅਰਵਿੰਦ ਕੇਜਰੀਵਾਲ ਸਾਹਿਬ, ਉਦੋਂ ਤਾਂ ਬਤੌਰ ਮੁੱਖ ਮੰਤਰੀ ਫੜੇ ਸੀ ਤੇ ਪਹਿਲਾ ਐਸਾ ਮੁੱਖ ਮੰਤਰੀ ਸੀ ਜਿਹਨੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਅਸਤੀਫਾ ਨਹੀਂ ਦਿੱਤਾ। ਹਾਲਾਂਕਿ ਨੈਤਿਕਤਾ ਉਦੋਂ ਵੀ ਕਹਿੰਦੀ ਸੀ ਕਿ ਜਦੋਂ ਮੁੱਖ ਮੰਤਰੀ ਫੜੇ ਹੀ ਗਏ ਐਡੇ ਵੱਡੇ ਘੁਟਾਲੇ 'ਚ ਅਸਤੀਫਾ ਦੇ ਦੇਣਾ ਚਾਹੀਦਾ। ਹੁਣ ਅੱਜ ਸੁਪਰੀਮ ਕੋਰਟ ਨੇ ਵੀ ਸਪਸ਼ਟ ਕਰਤਾ ਕਿ ਭਾਈ ਇਹ ਕੇਸ ਬਹੁਤ ਵੱਡਾ, ਇਲਜ਼ਾਮ ਬੜੇ ਸੰਗੀਨ ਨੇ, ਸੋ ਬਤੌਰ ਮੁੱਖ ਮੰਤਰੀ ਨਾ ਤਾਂ ਦਫ਼ਤਰ ਜਾ ਸਕਦੇ ਹੋ ਨਾ ਫਾਈਲਾਂ ਸਾਈਨ ਕਰ ਸਕਦੇ ਹੋ, ਸੋ ਮੁੱਖ ਮੰਤਰੀ ਰਹਿ ਜਾਵੇਗੇ। ਤੇ ਅੱਜ ਨੈਤਿਕਤਾ ਦਿਖਾਉਣ ਦਾ ਸਮਾਂ, ਤੇ ਜੇ ਅੱਜ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਦੇ ਇਸ ਜਜਮੈਂਟ ਦਾ ਸਵਾਗਤ ਕਰਦੀ ਹੈ ਤਾਂ ਉਹ ਸਵਾਗਤ ਤਾਂ ਬਣਦਾ ਜੇ ਸੁਪਰੀਮ ਕੋਰਟ ਦੀ ਕਈ ਗੱਲ ਮੰਨੀ ਜਾਵੇ ਤੇ ਕਿਸੇ ਐਸੇ ਸ਼ਖਸ ਨੂੰ ਹੁਣ ਦਿੱਲੀ ਦਾ ਮੁੱਖ ਮੰਤਰੀ ਬਣਾਓ ਜਿਹੜਾ ਘੱਟੋ ਘੱਟ ਦਫ਼ਤਰ ਜਾ ਸਕਦਾ ਹੋਵੇ, ਲੋਕਾਂ ਦੀ ਭਲਾਈ ਵਾਲੀਆਂ ਜਿਹੜੀਆਂ ਫਾਈਲਾਂ ਨੇ ਉਹਨਾਂ ਤੇ ਦਸਖਤ ਕਰ ਸਕਦਾ ਹੋਵੇ, ਕਿਉਂਕਿ ਅਰਵਿੰਦ ਕੇਜਰੀਵਾਲ ਤਾਂ ਜਾ ਨਹੀਂ ਸਕਦੇ, ਦਸਖਤ ਕਰ ਨਹੀਂ ਸਕਦੇ। ਸੋ ਆਮ ਆਦਮੀ ਪਾਰਟੀ ਨੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਤਾਂ ਬਹੁਤ ਨੈਤਿਕਤਾ ਦੇ ਪਾਠ ਪੜ੍ਹਾਏ ਤੇ ਅੱਜ ਪਤਾ ਲੱਗਣਾ ਜਦੋਂ ਸੁਪਰੀਮ ਕੋਰਟ ਦੀਆਂ ਇਹ ਸ਼ਰਤਾਂ ਦੇ ਤਹਿਤ ਨੈਤਿਕਤਾ ਆਪ ਦਿਖਾਉਣ ਔਰ ਜਿਹੜੇ ਉਹਨਾਂ ਦੇ ਮੁੱਖ ਸਲਾਹਕਾਰ ਨੇ ਜਿਨ੍ਹਾਂ 'ਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਸੰਜੇ ਸਿੰਘ, ਰਾਘਵ ਚੱਡਾ, ਸੰਦੀਪ ਪਾਠਕ, ਮੇਰਾ ਉਹਨਾਂ ਨੂੰ ਇਹ ਸਵਾਲ ਹੈ ਕਿ ਹੁਣ ਸਹੀ ਸਲਾਹ ਦਿਓ, ਕਿਉਂਕਿ ਸੁਪਰੀਮ ਕੋਰਟ ਦਾ ਇੱਕ ਇੱਕ ਸ਼ਬਦ ਬਹੁਤ ਡੂੰਘਾ ਤੇ ਸੁਪਰੀਮ ਕੋਰਟ ਦੇ ਮੁਤਾਬਕ ਇਹ ਫਿੱਟ ਨਹੀਂ ਹੈਗੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਰਹਿਣ ਦੇ ਤੇ ਫਾਈਲਾਂ ਦਸਖਤ ਕਰਨ ਦੇ। ਸੋ ਇਹਦਾ ਜਵਾਬ ਹੁਣ ਆਮ ਆਦਮੀ ਪਾਰਟੀ ਦੇਵੇ। ਉਮੀਦ ਰਹੇਗੀ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਅਸਤੀਫਾ ਲੈ ਕੇ ਦਿੱਲੀ ਦੇ ਲੋਕਾਂ ਦੀ ਭਲਾਈ ਦੇ ਲਈ ਕਿਸੇ ਐਸੇ ਸ਼ਖਸ ਨੂੰ ਮੁੱਖ ਮੰਤਰੀ ਬਣਾਏਗੀ ਜਿਹੜਾ ਘੱਟੋ ਘੱਟ ਦਫ਼ਤਰ ਜਾ ਕੇ ਦਿੱਲੀ ਦਾ ਕੰਮਕਾਜ ਸੰਭਾਲ ਸਕੇ, ਕਿਉਂਕਿ ਦੇਸ਼ ਦੀ ਰਾਜਧਾਨੀ ਹੈ ਇਹ, ਕੋਈ ਹੋਰ ਛੋਟਾ ਜਿਹਾ ਕੋਈ ਜ਼ਿਲ੍ਹਾ ਨਹੀਂ, ਕੋਈ ਹੋਰ ਐਸਾ ਸੂਬਾ ਨਹੀਂ, ਇਹ ਦੇਸ਼ ਦੀ ਰਾਜਧਾਨੀ ਦੇ ਮੁੱਖ ਮੰਤਰੀ ਦੀ ਗੱਲ ਹੈ। ਸੋ ਸੁਹਿਰਦਤਾ ਦੇ ਨਾਲ ਇਹਦੇ ਉੱਤੇ ਫੈਸਲਾ ਲੈ।